ਹੋਰ ਤੱਕ ਕਿੰਨੇ ਕੰਪੀਟੀਸ਼ਨਾਂ ਦੇ ਵਿੱਚ ਤੇ ਕਿੰਨੇ ਇਨਾਮ ਜਿਹੜੇ ਤੁਸੀਂ ਜਿੱਤ ਚੁੱਕੇ ਹੋ ਸਰ ਟੋਟਲ 45 ਇਦਿਨਾਂ ਨਾਲ ਨਾਲ ਤੁਹਾਡੇ ਪੇਰੈਂਟਸ ਵੱਲੋਂ ਕਿਦਾਂ ਦਾ ਸਹਿਯੋਗ ਰਿਹਾ ਸਰ ਪੇਰੈਂਟਸ ਦਾ ਵੀ ਬਹੁਤ ਸਪੋਰਟ ਰਿਹਾ ਬਹੁਤ ਸਹਿਯੋਗ ਰਿਹਾ ਅਰੇ ਤੋਂ ਮੈਨੂੰ ਜਿਆਦਾ ਸਪੋਰਟਿਆ ਰੁਮੇਸ਼ ਮਾ ਜਿੰਦਾ ਸਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡੈਂਸ ਦਿੱਤੀ ਬਹੁਤ ਜ਼ਿਆਦਾ ਸਪੋਰਟ ਦਿੱਤੀ ਤੇ ਉਹਨਾਂ ਨੇ ਮੈਨੂੰ ਇਥੇ ਤੱਕ ਲਿਆਂਦਾ ਨਾ ਮੈਂ ਕਦੀ ਸੋਚਿਆ ਵੀ ਨਹੀਂ ਮੈਂ ਇੱਥੋਂ ਤੱਕ ਆਵਾਂਗੀ ਸਭ ਕੁਝ ਪੋਸੀਬਲ ਹੈ ਤੇਰੇ ਮਿਹਨਤ ਸਰਦੀ ਹਾਰਡ ਵਰਕ ਨਾਲ ਜੀ ਬਈ ਹਿੰਮਤ ਕਰੇ ਇਨਸਾਨ ਤਾਂ ਕੀ ਹੋ ਨਹੀਂ ਸਕਦਾ ਇਹ ਗੱਲ ਸੁਣਨ ਚ ਤਾਂ ਅਕਸਰ ਹੁੰਦੀ ਆ ਪਰ ਲੋਕ ਜਿਹੜੇ ਨੇ ਹਿੰਮਤ ਵਿਖਾਉਂਦੇ ਘੱਟ ਨਜ਼ਰ ਆਉਂਦੇ ਨੇ ਪਰ ਕੁਝ ਲੋਕ ਹੁੰਦੇ ਨੇ ਜਿਹੜੀਆਂ ਔਂਕੜਾਂ ਤੇ ਰਸਤੇ ਦੇ ਆਉਣ ਵਿੱਚ ਪਹਾੜਾ ਨੂੰ چیرਦੇ ਹੋਏ ਵੀ ਅੱਗੇ ਨਿਕਲ ਜਾਂਦੇ ਨੇ ਅਜਿਹੀ ਹੀ ਇੱਕ ਬੱਚੀ ਸਾਡੇ ਨਾਲ ਹੈ ਜੀ ਕਾਜਲ ਜਿਸ ਨੇ ਕੀ ਪੇਂਟਿੰਗ ਕੰਪੀਟੀਸ਼ਨ ਦੇ ਵਿੱਚ ਜਿਹੜਾ ਭਾਰਤ ਭਰ ਦੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਤੇ ਇੱਕ ਗੱਲ ਹੋਰ ਦੱਸਣੀ ਚਾਹਾਂਗੇ ਜੀ ਕਿ ਇਹ ਬੱਚੀ ਜਿਹੜੀ ਆ ਦੂਸਰੇ ਬੱਚਿਆਂ ਨਾਲੋਂ ਥੋੜੀ ਅਲੱਗ ਆ ਕਿਉਂਕਿ ਇਹ ਸਰੀਰਕ ਪੱਖ ਤੋਂ ਜਿਹੜੀ ਹੈਗੀ ਆ ਬਾਕੀ ਬੱਚਿਆਂ ਦੀ ਤਰ੍ਹਾਂ ਨਹੀਂ ਹੈਗੀ ਥੋੜੀ ਕਮਜ਼ੋਰ ਆ ਤੇ ਆਉਂ ਗੱਲ ਕਰਦੇ ਆਂ ਜੀ ਕਾਜਲ ਦੇ ਨਾਲ ਇਕਤਮ ਬਹੁਤ ਬਹੁਤ ਮੁਬਾਰਕਾਂ ਕਾਜਲ ਤੁਹਾਨੂੰ ਥੈਂਕ ਯੂ ਸਰ ਆਪਣੇ ਬਾਰੇ ਵਿੱਚ ਕੁਝ ਦੱਸ ਦਿਓ ਸਰ ਮੇਰਾ ਨਾਮ ਕਾਜਲ ਮੈਂ ਤਾਰੀਵਾਲ ਗੁਰਦਾਸਪੁਰ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਤੇ ਮੇਰੀ ਏਜ 16 ইয়ারਸ ਆ ਕਿਹੜੀ ਕਲਾਸ ਚ ਪੜ੍ਹਦੀ ਹੋ ਤੁਸੀਂ ਸਰ ਮੈਂ ਪਲੱਸ 2 ਪਲੱਸ 2 ਚ ਪੜ੍ਹਦੀ ਆ ਤੇ ਇਹ ਕਿਹੜਾ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਤੁਸੀਂ ਇਹ ਸੈਕੰਡ ਨਾਮ ਜਿੱਤਿਆ ਸਰ ਨੈਸ਼ਨਲ ਲੈਵਲ ਪੇਂਟਿੰਗ ਕੰਪੀਟੀਸ਼ਨ ਸੀ ਤੇ ਇਹਦੇ ਵਿੱਚ ਮੈਂ ਸੈਕੰਡ ਮੈਡਲ ਜਿੱਤਿਆ ਕਿਦਾਂ ਦਾ ਫੀਲ ਕਰ ਰਹੇ ਹੋ ਸਰ ਪ੍ਰਾਊਡ ਪ੍ਰਾਊਡ ਫੀਲ ਕਰ ਰਹੇ ਹਾਂ ਤੇ ਇੱਕ ਹੋਰ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਕਿੰਨੀ ਦੇਰ ਤੋਂ ਜਿਹੜੇ ਪੇਂਟਿੰਗ ਦਾ ਮੁਕਾਬਲੇ ਇਹਨਾਂ ਦੇ ਵਿੱਚ ਹਿੱਸਾ ਲੈ ਰਹੇ ਹੋ ਸਰ 6 ਸੇਜ ਤੋਂ ਹੁਣ ਤੱਕ ਕਿੰਨੇ ਕੰਪੀਟੀਸ਼ਨਾਂ ਦੇ ਵਿੱਚ ਤੇ ਕਿੰਨੇ ਇਨਾਮ ਜਿਹੜੇ ਤੁਸੀਂ ਜਿੱਤ ਚੁੱਕੇ ਹੋ ਸਰ ਟੋਟਲ 45 ਹੁਣ ਤੱਕ 45 ਦੇ ਕਰੀਬ ਜਿਹੜੇ ਆ ਇਹ ਡਿਸਟ੍ਰਿਕਟ ਲੈਵਲ ਸਰ ਡਿਸਟ੍ਰਿਕਟ ਲੈਵਲ ਡਿਵੀਜ਼ਨ ਲੈਵਲ ਤੇ ਆ ਨੈਸ਼ਨਲ ਲੈਵਲ ਦਾ ਹੁਣ ਸਟੇਟ ਲੈਵਲ ਤੇ ਵੀ ਤੁਸੀਂ ਸਟੇਟ ਲੈਵਲ ਠੀਕ ਤੇ ਹੁਣ ਤੁਸੀਂ ਜਦੋਂ ਪਲੱਸ 2 ਚ ਪੜਦੇ ਹੋ ਕਿਹੜੇ ਸਕੂਲ ਚ ਪੜ ਰਹੇ ਹੋ ਸਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੋਲ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਮ ਬੱਚਿਆਂ ਦੇ ਨਾਲ ਪੜ ਰਹੇ ਹੋ ਤੇ ਕੋਈ ਬੱਚਿਆਂ ਦੇ ਨਾਲ ਬੈਠਣ ਚ ਜਾਂਦਾ ਕਦੀ ਲੱਗਿਆ ਤੁਹਾਨੂੰ ਕਿ ਮੈਂ ਇਹਨਾਂ ਬੱਚਿਆਂ ਤੋਂ ਅਲੱਗਾਂ ਜਾਂ ਬੱਚਿਆਂ ਨੇ ਤੁਹਾਨੂੰ ਕਦੀ ਤੰਗ ਪਰੇਸ਼ਾਨ ਕੀਤਾ ਹੋਵੇ ਸਰ ਕਈ ਬੱਚੇ ਹੁੰਦੇ ਆ ਪਰੇਸ਼ਾਨ ਕਰਨ ਵਾਲੇ ਪਰ ਕਈ ਚੰਗੇ ਵੀ ਹੁੰਦੇ ਆ ਇੱਥੇ ਇਹ ਸੋਚ ਹੈ ਜੀ ਕਿ ਕਈ ਬੱਚੇ ਤੰਗ ਪਰੇਸ਼ਾਨ ਕਰਨ ਵਾਲੇ ਵੀ ਹੁੰਦੇ ਆ ਪਰ ਕਈ ਬੱਚੇ ਚੰਗੇ ਵੀ ਹੁੰਦੇ ਆ ਜਿਹੜੇ ਜਿਹੜੇ ਲੋਕ ਹਮੇਸ਼ਾ ਪੋਜ਼ਿਟਿਵਿਟੀ ਨੂੰ ਅੱਗੇ ਰੱਖ ਕੇ ਚੱਲਦੇ ਨੇ ਜ਼ਿੰਦਗੀ ਦੇ ਵਿੱਚ ਜਿਹੜਾ ਪੋਜ਼ਿਟਿਵਿਟੀ ਨੂੰ ਪਹਿਲ ਦਿੰਦੇ ਨੇ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਮੁਕਾਮ ਤੱਕ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਕਾਜਲ ਤੋਂ ਅੱਜ ਸਿੱਖਣ ਨੂੰ ਮਿਲ ਰਿਹਾ ਕਿ ਕੁਝ ਬੱਚੇ ਜਿਹੜੇ ਆ ਉਹ ਕਰਦੇ ਵੀ ਹੋਣਗੇ ਪਰ ਕਈ ਬੱਚੇ ਚੰਗੇ ਵੀ ਹੈਗੇ ਨੇ ਇਹ ਉਹ ਉਦਾਹਰਨ ਹੋ ਗਈ ਜਿੱਦਾਂ ਕਿ ਦੱਸਦੇ ਸੀਗੇ ਕਿ ਗਲਾਸ ਜਿਹੜਾ ਅੱਧੇ ਤੋਂ ਵੱਧ ਪਾਣੀ ਦਾ ਭਰਿਆ ਜਾਂ ਖਾਲੀ ਆ ਇਹ ਉਹੋ ਜਿਹੀਆਂ ਸਿਚੁਏਸ਼ਨਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਉਹ ਬਾਕੀ ਲੋਕਾਂ ਨੂੰ ਵੀ ਸਬਕ ਦਿੰਦੀਆਂ ਨੇ ਤੇ ਇਹਦੇ ਨਾਲ ਨਾਲ ਤੁਹਾਡੇ ਪੇਰੈਂਟਸ ਵੱਲੋਂ ਕਿਦਾਂ ਦਾ ਸਹਿਯੋਗ ਰਿਹਾ ਸਰ ਪੇਰੈਂਟਸ ਦਾ ਵੀ ਬਹੁਤ سپورਟ ਰਿਹਾ ਮੈਨੂੰ ਬਹੁਤ ਸਹਿਯੋਗ ਰਿਹਾ ਤੇ ਇੱਥੇ ਅੱਜ ਤੁਸੀਂ ਜਿੱਥੇ ਬਾਲ ਵਿਕਾਸ ਭਵਨ ਦੇ ਵਿੱਚੋਂ ਇਹਨਾਂ ਦਾ ਕਿਦਾਂ ਦਾ ਸਪੋਰਟ ਰਹੀ ਹੈ ਤੁਹਾਨੂੰ ਸਰ ਇੱਥੋਂ ਮੈਨੂੰ ਜਿਆਦਾ سپورਟ ਰਿਹਾ ਰਮੇਸ਼ ਮਾ ਜੰਦਾ ਸਰ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡੈਂਸ ਦਿੱਤੀ ਬਹੁਤ ਜ਼ਿਆਦਾ ਸਪੋਰਟ ਦਿੱਤੀ ਤੇ ਉਹਨਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਨਾ ਮੈਂ ਕਦੀ ਸੋਚਿਆ ਵੀ ਨਹੀਂ ਮੈਂ ਇੱਥੋਂ ਤੱਕ ਆਵਾਂਗੀ ਸਭ ਕੁਝ ਪੋਸੀਬਲ ਹੈ ਤੇਰੇ ਮਿਹਨਤ ਸਰਦੀ ਹਾਰਡ ਵਰਕ ਨਾਲ ਤੁਸੀਂ ਪਲੱਸ 2 ਚ ਪੜ ਰਹੇ ਹੋ ਕਿਹੜੇ ਸਬਜੈਕਟ ਲੈਨੇ ਤੁਸੀਂ ਸਰ ਨਾਨ ਮੈਡੀਕਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਸਰ ਗ੍ਰੈਜੂਏਸ਼ਨ ਕਰਕੇ ਯੂ ਪੀ ਐਸਸੀ ਕਰਕੇ ਆਈਆਈਐਸ ਬਣਨਾ ਚਾਹੁੰਦੀ ਆਈਐਸ ਬਣ ਕੇ ਆਪਣੇ ਦੇਸ਼ ਦੀ ਸੇਵਾ ਕਰਨੇ ਚਾਹੁੰਦੇ ਇਹ ਦੱਸਣਾ ਚਾਹਾਂਗਾ ਕਿ ਇਹ ਵੀ ਗੱਲ ਜਿਹੜੀ ਆ ਮੈਂਸ਼ਨ ਕਰਨੀ ਮੈਂ ਵਿੱਚ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇਹ ਵੀ ਗੱਲ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿ ਕੁਝ ਲੋਕ ਪੂਰੀ ਤਰ੍ਹਾਂ ਸਵਸਥ ਹੋਣ ਦੇ ਬਾਵਜੂਦ ਵੀ ਆਪਣੇ ਦੇਸ਼ ਆਪਣੇ ਲੋਕਾਂ ਪ੍ਰਤੀ ਕੁਝ ਨਹੀਂ ਕਰਨਾ ਚਾਹੁੰਦੇ ਘਰਾਂ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਕੁਝ ਅਜਿਹੇ ਬੱਚੇ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਕੁਦਰਤ ਵੱਲੋਂ ਤਾਂ ਸ਼ਾਇਦ ਮਾਰ ਮਾਰੀ ਗਈ ਪਰ ਉਹ ਆਪਣੀ ਵਿਲ ਪਾਵਰ ਦੇ ਨਾਲ ਅੱਗੇ ਵਧਣ ਦਾ ਹੌਸਲਾ ਰੱਖਦੇ ਨੇ ਤੇ ਦੇਸ਼ ਤੇ ਆਪਣੇ ਲੋਕਾਂ ਦੇ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਕਾਜਲ ਨੇ ਦੱਸਿਆ ਕਿ ਉਹ ਆਈਏਐਸ ਅਫਸਰ ਬਣ ਕੇ ਤੇ ਫਿਰ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਹਾਂਜੀ ਸਰ ਤੇ ਨਾਲ ਸਰ ਮੈਂ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੇ ਵੀ ਮੇਰੇ ਵਰਗੇ ਬੱਚੇ ਆ ਉਹਨਾਂ ਨੂੰ ਕਹਿਣਾ ਚਾਹੁੰਦੀ ਪੀ ਹਾਰ ਨਹੀਂ ਮੰਨੀ ఎవਰੀਥਿੰਗ ਇਜ਼ ਪੋਸੀਬਲ ਤੁਸੀਂ ਚਾਹੋ ਤੇ ਕੁਝ ਵੀ ਕਰ ਸਕਦੇ ਆ ਇਸ ਦੁਨੀਆ ਵਿੱਚ ਐਸਾ ਕੁਝ ਵੀ ਨਹੀਂ ਹੈਗਾ ਜਿਹੜਾ ਤੁਸੀਂ ਨਹੀਂ ਕਰ ਸਕਦੇ ਇਹ ਜਿੰਦਾਦਿਲੀ ਤੇ ਪੋਜ਼ਿਟਿਵਿਟੀ ਦੀ ਨਿਸ਼ਾਨੀ ਆ ਜੀ ਜੋ ਅੱਜ ਕਾਜਲ ਵੱਲੋਂ ਇੱਕ ਸੰਦੇਸ਼ ਦਿੱਤਾ ਗਿਆ ਬਾਕੀ ਬੱਚਿਆਂ ਨੂੰ ਕਿ एवरीथिंग ਇਜ਼ ਪੋਸੀਬਲ ਕਦੀ ਵੀ ਹਾਰਨਾ ਮੰਨੋ ਤੇ ਹੁਣ ਗੱਲ ਕਰਦੇ ਆਂ ਜੀ ਕਾਜਲ ਦੇ ਕਾਜਲ ਦੇ ਫਾਦਰ ਸਾਹਿਬ ਦੇ ਨਾਲ ਤੇ ਇਹਨਾਂ ਤੋਂ ਪੁੱਛਦੇ ਆਂ ਸਰ ਤੁਹਾਡਾ ਨਾਮ ਜੀ ਸਰ ਨਿਰਿੰਦਰ ਨਿਰਿੰਦਰ ਕੁਮਾਰ ਦਾ ਨਾਮ ਆ ਸਰਤਾਰੀਵਾਲ ਦੇ ਰਹਿਣ ਵਾਲੇ ਆਪਾਂ ਤੇ ਸਰ ਤੁਹਾਨੂੰ ਕਦੋਂ ਪਤਾ ਚੱਲਿਆ ਸੀਗਾ ਕਿ ਜਿਹੜੀ ਤੁਹਾਡੀ ਬੇਟੀ ਹੈ ਬਾਕੀ ਬੱਚਿਆਂ ਨਾਲੋਂ ਅਲੱਗ ਸਰ ਨੀਰ ਬੋਟਾ ਨੂੰ 9th ਮੰਥੀ ਉਹ ਥੋੜਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਇੱਕ ਸਾਲ ਬਾਅਦ ਕਨਫਰਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਆਪਾਂ ਦਾ ਟ੍ਰੀਟਮੈਂਟ ਕਰਾਉਂਦੇ ਰਹੇ ਲੇਕਿਨ ਕੁਝ ਕਿਤੋਂ ਵੀ ਹਾਸਲ ਨਹੀਂ ਹੋਇਆ ਆਲ ਇੰਡੀਆ 'ਚ ਐਸੀ ਕੋਈ ਜਗ੍ਹਾ ਨਹੀਂ ਹੈ ਕਿ ਜਿੱਥੇ ਆਪਾਂ ਦਾ ਟ੍ਰੀਟਮੈਂਟ ਨਹੀਂ ਕਰਾਇਆ ਲੋਕਾਂ ਦੀ ਸੋਚ ਦੇ ਹਿਸਾਬ ਦੇ ਨਾਲ ਜਿਵੇਂ ਕਿ ਲੋਕ ਪਹਿਲਾਂ ਹੀ ਬੇਟੀਆਂ ਨੂੰ ਉਹ ਬੇਟੀਆਂ ਦੇ ਨਾਲ ਦਰਜਾ ਨਹੀਂ ਦਿੰਦੇ ਤੇ ਉੱਪਰੋਂ ਜਿਹੜਾ ਬੇਟੀ ਦਾ ਦੂਸਰੇ ਬੱਚਿਆਂ ਨਾਲੋਂ ਅਲੱਗ ਹੋਣਾ ਕਿਤੇ ਨਾ ਕਿਤੇ ਮਨ ਦੇ ਵਿੱਚ ਕੁਝ ਰੰਜਿ ਆਈ ਕੁਦਰਤ ਤੇ ਰੱਬ ਤੇ ਨਹੀਂ ਸਰ ਨਹੀਂ ਦੇਖੋ ਦੇਖੋ ਕੁਝ ਹੋ ਸਕਦਾ ਕਿ ਸਾਡੇ ਕਰਮ ਖਰਾਬ ਹੋਣ ਠੀਕ ਹੈ ਜਿਹੜਾ ਵੀ ਸਾਡੇ ਘਰ ਬੇਟੀ ਇਦਾਂ ਦੀ ਪੈਦਾ ਹੋਈ ਹੈ ਲੇਕਿਨ ਆਪਾਂ ਉਸ ਚੀਜ਼ ਨੂੰ ਕਿਉਂ ਇਗਨੋਰ ਕਰੀਏ ਹਨ ਉਹ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਕਿ ਪ੍ਰਮਾਤਮਾ ਨੇ ਪਤਾ ਨਹੀਂ ਕਿਸ ਰੂਪ ਚ ਹੰਨ ਦਿੱਤੀ ਚੀਜ਼ ਤੇ ਉਹ ਬਹੁਤ ਵਧੀਆ ਜਿਹਾ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੈਗਾ ਸਾਰਾ ਅੱਜ ਕੀ ਮਹਿਸੂਸ ਕਰਦੇ ਹੋ ਜਦੋਂ ਤੁਹਾਡੀ ਬੇਟੀ ਤੁਹਾਡਾ ਨਾਮ ਜਿਹੜਾ ਨੈਸ਼ਨਲ ਲੈਵਲ ਤੱਕ ਚਮਕਾ ਕੇ ਤੁਹਾਡਾ ਤੁਹਾਡੇ ਲਈ ਇੱਕ ਨਾਮ ਲੈ ਕੇ ਆਈ ਹੈ ਤੁਹਾਡੀ ਮਿਹਨਤ ਨੂੰ ਫਲ ਪਿਆ ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਬੜਾ ਗਰਮ ਮਹਿਸੂਸ ਹੋ ਰਿਹਾ ਹੋ ਬਹੁਤ ਜ਼ਿਆਦਾ ਗਰਵ ਹੋ ਰਿਹਾ ਕਿ ਇਦਾਂ ਦੀ ਬੇਟੀ ਹੋਣ ਦੇ ਬਾਵਜੂਦ ਵੀ ਅੱਜ ਇਸ ਲੈਵਲ ਤੇ ਚੱਲ ਜੇ ਔਰ ਠੀਕ ਹੈਲਥ ਠੀਕ ਹੋਣ ਦੇ ਬੱਚੇ ਵੀ ਜਿਹੜੇ ਤੱਕ ਨਹੀਂ ਪਹੁੰਚੇ ਜਿੱਥੇ ਪਹੁੰਚ ਚੁੱਕੀ ਹੈ ਕੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਅੱਜ ਵੀ ਬੇਟੀਆਂ ਨੂੰ ਜਿਹੜਾ ਹੈਗਾ ਬੇਟਿਆਂ ਦੇ ਬਰਾਬਰ ਨਹੀਂ ਸਮਝਦੇ ਜਾਂ ਬੇਟੀਆਂ ਨੂੰ ਪਿੱਛੇ ਰੱਖਣ ਦੀ ਗੱਲ ਕਰਦੇ ਆ ਪੁਰਾਣੀਆਂ ਸੋਚਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਰ ਐਦਾਂ ਦੀ ਕੋਈ ਗੱਲ ਨਹੀਂ ਆਈ ਦੇਖੋ ਬੇਟੀ ਤੇ ਬੇਟੇ ਦੇ ਕੋਈ ਫਰਕ ਨਹੀਂ ਹੈਗਾ ਦੇਖੋ ਬੇਟੀਆਂ ਅੱਜ ਕੱਲ ਜਿਹੜੀਆਂ ਵਾਂ ਪਾਇਲਟ ਪਾਇਲਟ ਜਿਹੜਾ ਨਾ ਪਾਇਲਟ ਕੰਦੇ ਪਾਇਲਟ ਚ ਬੇਟੀ ਲੜਕੀ ਨਹੀਂ ਬਣ ਸਕਦੀ ਅੱਜ ਤੇ ਇੰਡੀਆ ਦੇ ਵਿੱਚ ਉਹ ਵੀ ਚੀਜ਼ ਪੋਸੀਬਲ ਹੋ ਚੁੱਕੀ ਹੈ ਸਭ ਤੋਂ ਟਫ ਜੌਬ ਉਹੀ ਗਿਣੀ ਗਈ ਸੀ ਤੇ ਮੈਂ ਤਾਂ ਕਹਿੰਦਾ ਕਿ ਬੇਟੀਆਂ ਜਿਹੜੀਆਂ ਵਾਂ ਬੇਟਿਆਂ ਨੂੰ ਜ਼ਿਆਦਾ ਵਧੀਆ ਹੁੰਦੀਆਂ ਉਹ ਜਿੰਨਾ ਮਾਪਿਆਂ ਦਾ ਹਿੱਤ ਬੇਟੀਆਂ ਨੂੰ ਦਾ ਕਿਸੇ ਨੂੰ ਬੱਚਿਆਂ ਨੂੰ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹੀ ਕਹਿੰਦਾ ਕਿ ਜਿਹੜੀ ਬੇਟੀਆਂ ਨੂੰ ਪੜ੍ਹਾਓ ਲਿਖਾਓ ਜਿੱਥੇ ਮੈਕਸਮ ਜਾਓ ਔਰ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੈਗੇ ਆ ਨ ਉਹਨਾਂ ਨੂੰ ਅੱਗੇ ਲਿਆਂਨ ਲਈ ਸਰਕਾਰ ਲੋ ਵੀ ਪੂਰੇ ਪਾਰਲੇ ਕਿਤੇ ਜਾ ਰਹੇ ਆ ਇਹ ਮਾਪਿਓ ਨੂੰ ਵੀ ਅੱਗੇ ਆਣਾ ਚਾਹੀਦਾ ਕਿ ਅਜੇ ਬੱਚਿਆਂ ਨੂੰ ਸਟੱਡੀ ਕਰਵਾਈਏ ਜਿਸ ਟੀਚਾ ਨੂੰ ਇੰਟਰਸਟ ਆ ਆਪਾਂ ਉਧਰ ਬੱਚਿਆਂ ਨੂੰ ਲੈ ਕੇ ਜਾਈਏ ਕਿ ਬੱਚੇ ਆਪਣੇ ਪੈਰਾਂ ਦੇ ਕੱਲ ਨੂੰ ਸਟੈਂਡ ਹੋ ਸਕਣਗੇ ਤੇ ਡਿਪੈਂਡ ਨਾ ਰਹਿਣ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਸਿਰ ਸਰਕਾਰਾਂ ਤੋਂ ਇਹੀ ਮੰਗਾ ਕਿ ਜਿਹੜੇ ਇਦਾਂ ਦੇ ਬੱਚੇ ਆ ਇੱਕ ਟੀਮ ਵਰਕ ਕੀਤਾ ਜਾਏ ਕਿ ਇਹ ਬੱਚਿਆਂ ਨੂੰ ਬਾਹਰ ਕੱਢਿਆ ਜਾਏ ਔਰ ਜਿਸ ਫੀਲਡ ਵਿੱਚ ਜਿਹੜੇ ਬੱਚੇ ਦਾ ਇੰਟਰਸਟ ਹੈਗਾ ਵਾ ਉਸ ਫੀਲਡ ਵਿੱਚ ਉਸ ਬੱਚੇ ਨੂੰ ਇਨਵੋਲ ਕੀਤਾ ਜਾਏ ਉਹਦੀ ਟਰੇਡਿੰਗ ਦਿੱਤੀ ਜਾਏ ਜਾਂ ਕੋਈ ਸਟੱਡੀ ਕਰਨਾ ਚਾਹੁੰਦਾ ਜਾਂ ਕੋਈ ਹੋਰ ਵਰਕਿੰਗ ਆ ਕਿਸੇ ਤਰ੍ਹਾਂ ਦੀ ਕਰਨਾ ਚਾਹੁੰਦਾ ਜਿਸ ਤਰ੍ਹਾਂ ਉਹਨਾਂ ਦੀ ਬੇਟੀ ਪੇਂਟਿੰਗ ਕਰਦੀ ਆ ਪੇਂਟਿੰਗ ਦੇ ਵਿੱਚ ਆ ਔਰ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੰਨ ਤਾਂ ਜ਼ਰੂਰ ਹੁੰਦਾ ਕਿ ਜਿਹੜਾ ਦੱਬਿਆ ਰਹਿ ਜਾਂਦਾ ਕੁਝ ਪੇਰੈਂਟਸ ਦੀ ਵਜ੍ਹਾ ਨਾਲ ਕੁਝ ਕੋ ਉਹਦੀ ਹੈਲਪ ਨਹੀਂ ਹੁੰਦੀ ਕਿ ਉਹ ਪੇਰੈਂਟਸ ਮਦਦ ਕਰਨ ਸਰਕਾਰ ਮਦਦ ਕਰੇ ਤੇ ਬੱਚੇ ਗਾਂ ਆ ਸਕਦੇ ਦਿੰਦੇ ਜਦੋਂ 6 ਸਾਲ ਦੀ ਉਮਰ ਦੀ ਸੀਗੀ ਉਦੋਂ ਜਿਹੜਾ ਜ਼ਿਲ੍ਹਾ ਪਾਲਪਲਾਈ ਕੋਚਲ ਵੱਲੋਂ ਡਿਸਟ੍ਰਿਕਟ ਲੈਵਲ ਤੇ ਪੇਂਟੇ ਕੰਪੀਟੀਸ਼ਨ ਕਰਾਇਆ ਸੀ ਉਹਦੇ ਵਿੱਚ ਜੋ ਫਰਸਟ ਆਈ ਫਿਰ ਡਿਵੀਜ਼ਨ ਲੈਵਲ ਪੇਟੀ ਕੰਪੀਟੀਸ਼ਨ ਕਰਾਇਆ ਉਹਦੇ ਜਿਹੜੀ ਫਰਸਟ ਆਈ ਫਿਰ ਸਟੇਜ ਲੈਵਲ ਤੇ ਵੀ ਸਟੇਜ ਲੈਵਲ ਕੰਪੀਟੀਸ਼ਨ ਜਿਹੜੀ ਫਰਸਟ ਆਈ ਫਿਰ ਹੁਣ ਅਜਾ ਉਨੀ ਵਿੱਚ ਮੁਕਾਬਲਾ ਹੋਇਆ ਨੈਸ਼ਨਲ ਲੈਵਲ ਦਾ ਜਿੱਤੇ 200 ਤੋਂ ਵੱਧ ਬੱਚੇ ਨੇ ਭਾਗ ਲਿਆ ਬਕਵਾਕ ਸਟੇਟਾਂ ਤੋਂ ਉਹਦੇ ਵਿੱਚ ਇਹਨੂੰ ਸੈਕੰਡ ਪ੍ਰਾਈਜ਼ ਜਿੱਤ ਕੇ ਨਾ ਕਿ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਦਾ ਜ਼ਿਲ੍ਹਾ ਪਾਲ ਪ੍ਰੋਇ ਕੌਂਸਲ ਦਾ ਤੇ इवन ਪੰਜਾਬ ਸਟੇਟ ਦਾ ਵੀ ਨਾਂ ਰੋਸ਼ਨ ਕੀਤਾ ਹੈ ਅਜੇ ਇਹ ਬੱਚੇ ਮੈਂ ਦੱਸ ਦਣਾ ਇਹ ਐਕਸਟਰਨਰੀ ਐਕਸਟਰਨਰੀ ਬ੍ਰਿਜੀਟ ਹੋਤੇ ਨੇ ਇਹਨਾਂ ਦਾ ਆਈਕਿਊ 10% ਤੋਂ ਵੀ ਦਿਮਾਗ ਜਿਹੜਾ ਉਹ ਉੱਚੇ ਹੁੰਦਾ ਇੰਚ ਟੈਲੈਂਟ ਬਹੁਤ ਹੈ ਐਂ ਦੱਸਿਆ ਵੀ ਮੈਂ ਆਈਐਸ ਬਸ ਅਫਸਰ ਬਣਾ ਸ਼ੀ ਕੈਨ ਡੂ ਇਟ ਆਈ ਹੋਪ ਸੋ ਬੀ ਸ਼ੀ ਵਿਲ ਸ਼ੀ ਵਿਲ ਥੀਸ ਹਰ ਥਿੰਕਿੰਗ ਇਜ਼ ਬਰੀ ਬਰੀ ਪੋਜ਼ਿਟਿਵ ਜੋ ਕੁਝ ਸੋਚਦੀ ਹੈ ਉਹ ਕਰਕੇ ਦੱਸਦੀ ਹੈ ਮੇਰੀ ਬਲੇਸਿੰਗ ਦੇ ਨਾਲ ਨੇ ਹਾਂਜੀ ਇਹ ਸਾਜੀ ਰਮੇਸ਼ ਮਹਾਜੰਦੀ ਸੈਕਟਰੀ ਨੇ ਬਾਲ ਵਿਕਾਸ ਅਪਲਾਈ ਸੰਚ ਦੇ ਸੰਸਥਾ ਦੇ ਤੇ ਇਹਦੇ ਨਾਲ ਨਾਲ ਸਨ ਕਾਜਲ ਦੇ ਫਾਦਰ ਸਾਹਿਬ ਤੇ ਕਾਜਲ ਜਿਨ੍ਹਾਂ ਨਾਲ ਗੱਲ ਕਰਕੇ ਦੱਸਿਆ ਕਿ ਬਹੁਤ ਵਧੀਆ ਲੱਗ ਰਿਹਾ ਅੱਜ ਮਾਣ ਮਹਿਸੂਸ ਹੋ ਰਿਹਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਾਜਲ ਵੱਲੋਂ ਬੜਾਈਆਂ ਹੋ ਗਈਆਂ ਕੁਝ ਪੇਂਟਿੰਗਸ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਿੰਮਤਾਂ ਬੰਦੇ ਨੂੰ ਜਾਂ ਬੰਦੇ ਦੇ ਅੰਦਰ ਜਿਹੜੀ ਛੁਪੀ ਹੋਈ ਕਲਾ ਉਹਨੂੰ ਸਿਰਫ ਜਗਾਉਣ ਵਾਸਤੇ ਕੁਝ ਲੋਕਾਂ ਵੱਲੋਂ ਜਿਹੜੀ ਹੈਗੀ ਆ ਉਹਦੀ ਪਿੱਠ ਤਪਤ ਪਾਉਣ ਦੀ ਹੁੰਦੀ ਹੈ ਜੀ ਲੋੜ ਜਿਸ ਤੋਂ ਬਾਅਦ ਜਿਹੜੇ ਨੇ ਅਜਿਹੇ ਰੰਗ ਜ਼ਿੰਦਗੀ ਦੇ ਤੇ ਅਜਿਹੀਆਂ ਪੇਂਟਿੰਗਸ ਨਿਕਲ کے باہر ਹੁੰਦੀਆਂ ਨੇ ਜਿਹੜੀਆਂ ਕਿਤੇ ਦੀ ਕਿਤੇ ਪਛਾਣ ਦਿੰਦੀਆਂ ਨੇ ਬੱਚਿਆਂ ਨੂੰ اس لیے ਲੋੜ ਹੈ ਜੀ ਤੁਹਾਨੂੰ ਵੀ ਆਪਣੇ ਬੱਚਿਆਂ ਦੇ ਅੰਦਰਲੀ ਜਿਹੜੀ ਹੈਗੀ ਆ ਆ ਕਲਾ ਹੈ ਉਹਨੂੰ ਜਗਾਉਣ ਦੀ ਉਹਨਾਂ ਦੇ ਨਾਲ ਖੜੇ ਹੋਣ ਦੀ ਤੇ ਇੱਕ ਇਹੋ ਜਿਹੀਆਂ ਪ੍ਰੇਰਣਾ ਵਾਲੀਆਂ ਗੱਲਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕਿ ਕਿਵੇਂ ਕਾਜਲ ਵਰਗੇ ਬੱਚੇ ਜੀ ਇੰਨੇ ਵੱਡੇ ਇੰਨੇ بلند ਹੌਂਸਲੇ ਰੱਖ ਸਕਦੇ ਨੇ ਤੇ ਜਿਹੜੇ ਬੱਚੇ ਜਿਨਾਂ ਨੂੰ ਸਾਰਾ ਕੁਝ ਕੁਦਰਤ ਵੱਲੋਂ ਵੀ ਦਿੱਤਾ ਗਿਆ ਤੇ ਮਾਪਿਓ ਵੱਲੋਂ ਵੀ ਦਿੱਤਾ ਜਾ ਰਿਹਾ ਉਹ ਕਿਉਂ ਨਹੀਂ ਅੱਗੇ ਵੱਧ ਸਕਦੇ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ ਜੀ ਕਾਜਲ ਅੱਜ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਅਜੀਤ ਵੈਬੀ ਟੀਵੀ ਗੁਰਦਾਸਪੁਰ ਨਾ ਤੂੰ ਫੇਰ ਝੰਡਾ ਚੁੱਕ ਲਿਆ ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ ਮੂਰਖ ਸਮੈਂ ਕਮਲਾ ਹੋ ਗਿਆ ਸਾ ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ ਕਹਿੰਦੇ ਸੀ ਸਾਰੇ ਕਰਜ਼ੇ ਮਾਫ਼ ਕਰ ਦੇਵਾਂਗੇ ਸਹੂਲਤਾਂ ਮਿਲਣਗੀਆਂ ਮਿਲ ਗਈਆਂ ਫਿਰ ਸਵਾ ਕਰਜ਼ਾ ਮਾਫ਼ ਕਰਨਾ ਤੇ ਦੂਰ ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ ਆੜਤੀ ਦੇ ਤਰਲੇ ਕਰ ਕਰਕੇ ਮਸਾ ਇੱਕ ਛੋਟਾ ਖੇਤ ਬਚਿਆ ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ ਹਾਂ ਉਹ ਗਰੀਬਾਂ ਬਾਰੇ ਸੋਚਦਾ ਸੀ 200 ਯੂਨਿਟ ਬਿਜਲੀ ਤੇ ਫ੍ਰੀ ਸੀ ਆਟਾ ਦਾਲ ਪੈਨਸ਼ਨ ਸਭ ਟਾਈਮ ਸਰ ਮਿਲ ਜਾਂਦਾ ਸੀ ਆਪਣੇ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਾਟੀ ਮਿਲ ਗਿਆ ਸੀ ਸਿਹਤ ਬੀਮਾ ਸੀ ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗਰੰਟਾਂ ਦੇ ਗੱਫੇ ਬਥੇਰੇ ਕੁਝ ਹੋਇਆ ਹੁਣ ਕਰੀਏ ਕੀ ਕਰਨਾ ਕੀ ਹੈ ਐਤ ਕੀ ਉਹਦੀ ਬਾਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ